ਦੇ ਜਵਾਨ ਦੇ ਕਾਬੂ ਆਇਆ ਹੁੰਦਾ ਤੇ ਅਸੀਂ ਉਹਨੂੰ ਨਸ਼ਾ ਨੇ ਮੁਕਾ ਦੇਣਾ ਸੀ ਚੌਧਰੀ ਸਾਹਿਬ। ਉਹ ਜੇ ਤੁਸੀਂ ਕਾਤਲ ਨੂੰ ਕੁਝ ਕਹਿਣ ਜੋਗੇ ਹੁੰਦੇ ਤੇ ਫਿਰ ਮੈਂ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰੇ YouTube ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਨਾਜ਼ਰੀਨ, ਅੱਜ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਂ ਹੈ ਜਾਗਦੇ ਰਹਿਣਾ। ਇਹ ਫਿਲਮ 3 ਜੂਨ 1973 ਬਰੋਜ਼ ਜਿਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਫਿਲਮ ਸੀ। ਇਹ ਆਪਣੇ ਦੌਰ ਦੀ ਸ਼ਾਨਦਾਰ ਫਿਲਮ ਸੀ ਤੇ ਇਸ ਫਿਲਮ ਨੂੰ ਇਕਬਾਲ ਪ੍ਰੋਡਕਸ਼ਨ ਨੇ ਰਿਲੀਜ਼ ਕੀਤਾ ਸੀ। ਜੁਰਮ ਔਰ ਸਸਪੈਂਸ ਤੇ ਮਬਨੀ ਇਸ ਫਿਲਮ ਦਾ ਨਾਮ ਜਾਗਦੇ ਰਹਿਣਾ ਇਸ ਲਈ ਰੱਖਿਆ ਗਿਆ ਕਿ ਇੱਕ ਕਾਤਲ ਦੀ ਕਹਾਣੀ ਹੈ ਜਿਹੜਾ ਰਾਤ ਦੀ ਤਾਰੀਕੀ 'ਚ ਲੋਕਾਂ ਨੂੰ ਕਤਲ ਕਰਦਾ ਹੈ। ਅਦਾਕਾਰ ਯੂਸਫ ਖਾਨ ਨੂੰ ਤੇਰੀ ਕਬਰ ਦੀ ਮਿੱਟੀ ਦੀ ਸਮਾਂ ਹੈ। ਸੁਲਤਾਨ ਰਾਈ ਤੇਰੀ ਗੋਲੀ ਤੈਨੂੰ ਮੈਂ ਮਾਰਾਂਗਾ। ਓਏ ਹੁਦੀਆ ਫਿਰ ਦੋਸਤ ਪਿਓ ਦੇ ਮਰਨ ਦਾ ਜ਼ਖਮ ਹਾਲੀ ਭਰਿਆ ਨਹੀਂ ਸੀ। ਜ਼ਮਰਦ ਤੁਹਾਡੇ ਵਰਗੇ ਮਹਿਮਾਨਾਂ ਦੇ ਤੇ ਮਸੂਦ ਅਫਤਰ ਨੰਨਾ ਮੈਂ ਆਪਣੀ ਮਾਂ ਦਾ ਕੱਲਾ ਕੱਲਾ ਪੁੱਤਰ ਨਬੀਲਾ ਤੇਰੇ ਮਰ ਅਲਿਆਸ ਕਸ਼ਮੀਰੀ ਵਿੱਚ ਨਹੀਂ ਛੁੱਟ ਸਕਦੇ ਡਾਕਟਰ ਵੈਰ ਸੀ ਖਲੀਫਾ ਨਜ਼ੀਰ ਸਾਇਕਾ ਮਨਵ ਜ਼ਰੀਫ ਤੇ ਸਾਵਨ ਡਾਕਟਰ ਨਹੀਂ ਇੱਕ ਬੇਗਾਇਤ ਹੈ ਉਹ ਤੁਹਾਡੀ ਧੀ ਦੇ ਪਾਗਲਪਨ ਤੋਂ ਨਜਾਸਤ ਉਠਾ ਰਿਹਾ ਚੱਕੋ ਓਏ ਕਮੀਨੀਆ ਗੰਦੀ ਮੋਰੀ ਚ ਛੁੱਟ ਕੇ ਜੜੀ ਅੱਛੀ ਹਦਾਇਤ ਇਕਬਾਲ ਕਸ਼ਮੀਰੀ ਫਿਲਮਸਾਜ਼ ਮੁਮਤਾਜ਼ ਬਾਬਰ ਮੁਸਨਫ ਅਜ਼ੀਜ਼ ਮੀਠੀ ਮਿਊਜ਼ਿਕ ਮਾਸਟਰ ਅਬਦੁੱਲਾ ਸ਼ਾਇਰ ਸਲੀਮ ਕਾਸ਼ਰ ਖਵਾਜਾ ਪਰਵੇਜ਼ ਮਕਬੂਲ ਕਾਵਿਸ਼ ਔਰ ਹਜ਼ੀਨ ਕਾਦਰੀ ਗੁਲਕਾਰ ਨੂਰ ਜਹਾਂ ਨਸੀਮ ਬੇਗਮ ਆਇਰਨ ਪਰਵੀਨ ਰੂਨਾ ਲੈਲਾ ਤਸੱਵਰ ਖਾਨਮ ਹੁਮੈਰਾ ਤੇ ਕੈਮਰਾਮੈਨ ਸਲੀਮ ਬੱਟ ਇਹ ਹੀ ਕਾਤਲ ਦੀ ਕਹਾਣੀ ਹੈ ਜਿਹੜਾ ਰਾਤ ਦੀ ਤਾਰੀਕੀ 'ਚ ਲੋਕਾਂ ਨੂੰ ਕਤਲ ਕਰਦਾ ਹੈ ਤੇ ਪਕੜਿਆ ਨਹੀਂ ਜਾਂਦਾ। ਅਲਿਆਸ ਕਸ਼ਮੀਰੀ ਨੇ ਇਸ ਫਿਲਮ ਵਿੱਚ ਇੱਕ ਜਾਗੀਰਦਾਰ ਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਦੋਨਾਂ ਟੰਗਾਂ ਤੋਂ ਮਾਜ਼ੂਰ ਹੁੰਦਾ ਹੈ ਤੇ ਫਿਰਦੌਸ ਨੇ ਇਸ ਫਿਲਮ ਵਿੱਚ ਇੱਕ ਨੀਮ ਪਾਗਲ ਲੜਕੀ ਦਾ ਕਿਰਦਾਰ ਅਦਾ ਕੀਤਾ ਹੈ ਜਿਹੜੀ ਅਲਿਆਸ ਕਸ਼ਮੀਰੀ ਦੀ ਧੀ ਆਉਂਦੀ ਹੈ। ਸੁਲਤਾਨ ਰਈ ਨੇ ਇਸ ਫਿਲਮ ਵਿੱਚ ਇੱਕ ਵਿਲਨ ਟਾਈਪ ਕਿਰਦਾਰ ਅਦਾ ਕੀਤਾ ਹੈ ਜਿਹੜਾ ਬਦਮਾਸ਼ ਹੁੰਦਾ ਹੈ। ਕਿਸੇ ਨੂੰ ਕਤਲ ਕਰ ਦੇਣਾ ਮੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ, ਪਰ ਇੱਕ ਭੈਣ ਦਾ ਆਪਣੀ ਭੈਣ ਨੂੰ ਕਤਲ ਕਰਾਉਣਾ ਬੜੀ ਵੱਡੀ ਗੱਲ ਹੈ ਤੇ ਵੱਡੀ ਗੱਲ। ਤੇ ਯੂਸਫ ਖਾਨ ਇਸ ਫਿਲਮ ਵਿੱਚ ਡਾਕਟਰ ਹੁੰਦਾ ਹੈ। ਯੂਸਫ ਖਾਨ ਫਿਰਦੌਸ ਦਾ ਇਲਾਜ ਕਰਦਾ ਹੈ ਤੇ ਸੁਲਤਾਨ ਰਾਈ ਨੂੰ ਇਹ ਚੀਜ਼ ਗਵਾਰਾ ਨਹੀਂ ਆਉਂਦੀ। ਉਹ ਫਿਰਦੌਸ ਤੇ ਯੂਸਫ ਖਾਨ ਨੂੰ ਇਕੱਠੇ ਵੇਖਦਾ ਹੈ ਤੇ ਇੱਥੋਂ ਉਹਨਾਂ ਦੀ ਲੜਾਈ ਹੁੰਦੀ ਹੈ ਤੇ ਉਹਨਾਂ ਦੀ ਦੁਸ਼ਮਣੀ ਦਾ ਆਗਾਜ਼ ਹੁੰਦਾ ਹੈ। ਜਾਗਦੇ ਰਹਿਣਾ ਇੱਕ ਸੁਪਰਹਿੱਟ ਫਿਲਮ ਹੈ ਨਾਜ਼ਰੀਨ। ਇਸ ਵਿੱਚ ਸੁਲਤਾਨ ਰਾਈ ਨੇ ਸ਼ਾਨਦਾਰ ਐਕਟਿੰਗ ਦਾ ਮੁਜ਼ਾਹਰਾ ਕੀਤਾ ਹੈ ਫਿਰਦੌਸ ਨੇ ਔਰ ਯੂਸਫ ਖਾਨ ਨੇ। ਇੱਕ ਸ਼ਾਨਦਾਰ ਫਿਲਮ ਹੈ ਔਰ ਤੁਹਾਨੂੰ ਮੈਂ ਇਹ ਰਿਕਮੈਂਡ ਕਰਾਂਗਾ, ਤੁਹਾਨੂੰ ਮੈਂ ਇਹ ਕਹਾਂਗਾ ਕਿ ਤੁਸੀਂ ਇਹ ਫਿਲਮ ਲਾਜ਼ਮੀ ਦੇਖੋ। ਇਹ ਤੁਹਾਨੂੰ ਕੁਛ ਪਾਰਟ ਦੇ ਅੰਦਰ ਯੂਟਿਊਬ 'ਤੇ ਮਿਲ ਜਾਏਗੀ ਅਤੇ ਤੁਹਾਨੂੰ ਇਹ ਫਿਲਮ ਲਾਜ਼ਮੀ ਦੇਖਣੀ ਚਾਹੀਦੀ ਹੈ। ਮਿਊਜ਼ਿਕ ਵੀ ਬਹੁਤ ਅੱਛਾ ਹੈ ਔਰ ਇਹਦੀ ਕਹਾਣੀ ਵੀ ਬਹੁਤ ਅੱਛੀ ਹੈ। ਅਗਰ ਤੁਹਾਨੂੰ ਮੇਰੀ ਇਹ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਲਾਈਕ ਵੀ ਕਰੋ ਅਤੇ ਸ਼ੇਅਰ ਵੀ ਕਰੋ ਔਰ ਕਮੈਂਟਸ ਜ਼ਰੂਰ ਕਰ ਦਿੱਤਾ ਕਰੋ ਤਾਂ ਕਿ ਮੇਰੀ ਹੌਸਲਾ ਅਫਜ਼ਾਈ ਹੋ ਸਕੇ। ਤੁਹਾਡਾ ਬਹੁਤ ਸ਼ੁਕਰੀਆ।